पुरानी रंजिश दे चलदियां जलंधर विच पृथ्वी प्लैनेट दे सामने दो गुटां विचकार झगड़ा हो गया। इस विच एक गुट दे 10 तों 12 लोकां ने दो नौजवानां नूं घेर के उन्हां उत्ते तेजधार हथियारां नाल हमला कर दिता। थाना नंबर 6 दी पुलिस मामले दी जांच कर रही है अते जख्मियां नूं इलाज लई सिविल हस्पताल विच दाखल करवाया गया है। दस्या जा रहा है कि इन्हां दा आपस विच पहलां भी राजीनामा हो चुका है। इस पूरे मामले संबंधी जख्मी नौजवानां ਅਤੇ ਪੁਲਿਸ ਨੇ ਜਾਣਕਾਰੀ ਦਿੱਤੀ। ਜੀ ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਾਨਿਕ। ਹਾਂਜੀ ਕੀ ਹੋਇਆ ਸੀਗਾ ਜੀ ਅੱਜ? ਮੇਰਾ ਦੋਸਤ ਪ੍ਰਿਥਵੀ ਪਲੈਨਟ ਦੇ ਕੋਲੋਂ ਜਾ ਰਿਹਾ ਸੀਗਾ ਆਪਣੇ ਕੰਮ ਤੇ ਤੇ ਉਹਨੂੰ ਰਸਤੇ ਵਿੱਚ ਮੁੰਡਿਆਂ ਨੇ ਘੇਰ ਲਿਆ ਤਾਂ ਉਹਨੇ ਮੈਨੂੰ ਫੋਨ ਕੀਤਾ ਤਾਂ ਆਪਾਂ ਇਕੱਠੇ ਹੋ ਕੇ ਸਾਰੇ ਉੱਧਰ ਪਹੁੰਚੇ ਤਾਂ ਆਸੇ ਪਾਸੇ 10-15 ਬੰਦੇ ਸੀ ਜਿਹੜੇ ਕਿ 7-8 ਮੋਟਰਸਾਈਕਲਾਂ 'ਤੇ ਸੀ ਅਤੇ ਉਹਨਾਂ ਨੇ ਬੇਸ ਬੈਟ ਦਾਤ ਵਗੈਰਾ ਮਾਰੇ ਚੰਗੇ ਤਾਂ ਆਪਾਂ ਆਪਣੀ ਜਾਨ ਬਚਾਉਣ ਦੇ ਉੱਥੋਂ ਨਿਕਲੇ। ਜਿਹੜਾ ਮੁੰਡਾ ਜ਼ਖਮੀ ਹੋਇਆ ਉਹਦਾ ਕੀ ਨਾਮ ਆਉਂਦਾ ਤੁਹਾਡੇ ਨਾਮ ਅਤੇ ਹਮਲਾ ਕਿਹਨਾਂ ਨੇ ਕੀਤਾ ਸੀਗਾ? ਉਹ 7 ਨੰਬਰ ਥਾਣੇ ਦੇ SHO ਇਸ਼ਾਨ ਉਹਦਾ ਮੁੰਡਾ ਉਹਨਾਂ ਨੇ ਕੀਤਾ ਸੀ ਨਾਲ ਮੈਕਸ ਹੋ ਰਹੀ ਹੈ ਈਸ਼ਵਰ ਕਲੋਨੀ ਦੇ ਕੋਈ ਪੁਰਾਣੀ ਬੰਦਗੀ ਸੀ ਤਾਂ ਉਹਨਾਂ ਨੇ ਜਿਹੜੇ SHO ਦਾ ਤੁਸੀਂ ਨਾਮ ਦੱਸ ਸਕਦੇ ਹੋ ਕਿ ਜਿਹੜੇ ਲੜਕੇ ਨੇ ਹਮਲਾ ਕੀਤਾ SHO ਦਾ ਕੀ ਨਾਮ ਆ ਉਹਦੇ ਡੈਡੀ ਦਾ? ਉਹ ਆਪਣੇ ਕਦੇ ਡੈਡੀ ਦਾ ਨਾਮ ਨਹੀਂ ਦੱਸਦਾ ਬਸ ਇਹੀ ਕਹਿੰਦਾ ਕਿ ਮੈਂ SHO ਦਾ ਮੁੰਡਾ। ਹਾਂ ਤੇ ਕਿੰਨੇ ਲੜਕੇ ਸੀਗੇ ਟੋਟਲ? 14-15 ਹੁੰਦੇ। ਕਿਸ ਜਗ੍ਹਾ ਝਗੜਾ ਹੋਇਆ ਤੁਹਾਡਾ? ਸਾਡਾ ਸਟਾਰਟਿੰਗ 7 ਵਜੇ ਸ਼ਾਮ ਨੂੰ। ਜਗ੍ਹਾ ਕਿਹੜੀ ਤੇ ਹੋਇਆ? ਪਿੱਛੇ ਬਰਾਂਡ ਦੇ। ਨਾਮ ਤੁਹਾਡਾ? ਜਤਿਨ। ਜਤਿਨ, ਹਾਂਜੀ ਕੀ ਹੋਇਆ ਤੁਹਾਡਾ ਝਗੜਾ, ਕਿਸ ਕਾਰਨ ਤੋਂ ਹੋਇਆ? ਭਾਅ ਜੀ ਮੈਂ ਪਿਛਲੇ ਮਹੀਨੇ ਨਾ ਸਤੰਬਰ 9 ਤਰੀਕ ਨੂੰ ਤੇ ਰਾਜੀਨਾਮਾ ਹੋਇਆ ਸੀ 35,000 ਚ ਤੇ ਕੀ ਕਹਿੰਦੇ ਆਪਣੇ ਨਾ ਉਹੀ ਮੁੰਡਾ 25 ਤਰੀਕ ਨੂੰ ਨਾ ਫਿਰ ਬੋਲਦਾ ਸੀ ਕੁੜੀ ਵੱਟਦਾ, ਮੈਂ ਕਿਹਾ ਨਹੀਂ ਮੈਂ ਵੱਟਦਾ ਤੇ ਕੀ ਕਹਿੰਦੇ ਜਿਹਨਾਂ ਨਾਲ ਝਗੜਾ ਹੋਇਆ ਉਹਨਾਂ ਦਾ ਕੀ ਨਾਂ? ਮੈਕਸ। ਤੇ ਕੀ ਕਹਿੰਦੇ ਇਹਨਾਂ ਨੂੰ ਨਾ ਫਿਰ ਅੱਜ ਮਿਲੇ ਤੇ ਹਾਂ ਕਹਿੰਦਾ ਕੁੜੀ ਵੱਟਦਾ, ਮੈਂ ਕਿਹਾ ਮੈਂ ਨਹੀਂ ਕੁੜੀ ਵੱਟਦਾ, ਮੈਂ ਕਿਹਾ ਦੱਸੋ ਮੈਂ ਕਿਹਾ ਕੀ ਹੋਇਆ ਤੇ ਕਹਿੰਦਾ ਇਹਨਾਂ ਨੂੰ ਨਾ ਦੂਸਰੇ ਬੁਲਟ 'ਤੇ ਆਏ ਅਤੇ ਬੇਸਵਰਡ ਮੇਰੇ ਦਾਦ ਸਿਰ 'ਤੇ ਮਾਰਿਆ ਅਤੇ ਕੀ ਕਹਿੰਦੇ ਇਹਨਾਂ ਨੂੰ ਮੈਨੂੰ ਸੁਣ ਪੈ ਗਈ ਅਤੇ ਕੀ ਕਹਿੰਦੇ ਆਪਣੇ ਇਹਨਾਂ ਨੂੰ ਨਾ ਮੈਂ ਥੱਲੇ ਬੈਠ ਗਿਆ ਅਤੇ ਬਾਕੀ ਸਾਰਿਆਂ ਨੇ ਨਾ ਮੇਰੇ ਵਾਰ ਕੀਤਾ, ਦਾਤ ਮਾਰੇ, ਬੇਸਵਰਡ ਮਾਰੇ ਅਤੇ ਕੀ ਕਹਿੰਦੇ ਮੈਂ ਨਾ ਪਿੱਛੇ ਨੂੰ ਹੋਇਆ ਕਿ ਖੜ੍ਹਾ ਹੋ ਕੇ ਪਿੱਛੇ ਨੂੰ ਹੋਇਆ ਅਤੇ ਐਕਟਿਵਾ ਦਾ ਪਿੱਛੇ ਨੂੰ ਡਿੱਗ ਗਿਆ, ਪਿੱਛੇ ਨੂੰ ਡਿੱਗ ਗਿਆ ਅਤੇ ਕੀ ਕਹਿੰਦੇ ਉਹਨਾਂ ਨੇ ਮੇਰੇ ਸਾਰੇ ਮਾਰੀ ਗਏ। ਕਿੰਨੇ ਜਣਾਂ ਨੇ ਹਮਲਾ ਕੀਤਾ? ਹਾਂਜੀ ਇਕੱਲਾ ਸੀਗਾ। ਤੁਸੀਂ ਕਿੰਨੇ ਜਣੇ ਸੀ? ਇਕੱਲਾ ਸੀਗਾ ਅਤੇ ਮੈਂ ਇਹਨਾਂ ਨੂੰ ਨਾ ਦੀਨੂ ਨੂੰ ਫੋਨ ਕਰਕੇ ਬੁਲਾਇਆ, ਦੀਨੂ ਆ ਦਿਨੇਸ਼ ਚਿੱਟੀ ਸ਼ਰਟ ਵਾਲਾ, ਅਤੇ ਕੀ ਕਹਿੰਦੇ ਇਹਨਾਂ ਨੂੰ ਇਹ ਆਇਆ ਅਤੇ ਇਹਨਾਂ ਨੂੰ ਨਾ ਆਉਂਦੇ ਹੀ ਨਾ ਕੀ ਕਹਿੰਦੇ ਆਉਂਦੇ ਹੀ ਨਾ ਪਿੱਛੇ ਨੂੰ ਉਹ ਪਿੱਛੇ ਨੂੰ ਦੌੜੇ ਸੀਗੇ ਨਾ ਜਦੋਂ ਉਹਨੇ ਫੋਨ ਕੀਤਾ ਅਤੇ ਕੀ ਕਹਿੰਦੇ ਇਹਨਾਂ ਨੂੰ ਆਉਂਦੇ ਨਾ ਉਹਨੇ ਛਡਾਇਆ ਅਤੇ ਆਉਂਦੇ ਉਹਦੇ ਸਿਰ 'ਤੇ ਮਾਰਿਆ ਅਤੇ ਉਹ ਬੇਹੋਸ਼ ਹੋ ਗਿਆ ਅਤੇ ਕੀ ਕਹਿੰਦੇ ਇਹਨਾਂ ਨੂੰ ਨਾ ਫਿਰ ਮੇਰੇ ਵਾਪਸ ਆਏ ਅਤੇ ਮੇਰੇ ਮਾਰਨ ਲੱਗ ਗਏ। ਕਿੰਨੇ ਜਣਿਆਂ ਨੇ ਹਮਲਾ ਕੀਤਾ ਤੁਹਾਡੇ 'ਤੇ? 13-14 ਜਣਿਆਂ ਨੇ। ਮੇਨ ਕੀ ਨਾਮ ਸੀਗੇ ਜਿਹਨਾਂ ਨੂੰ ਤੁਸੀਂ ਪਛਾਣਦੇ ਹੋ? ਮੈਕਸ ਅਤੇ ਈਸ਼ੂ ਕੈਂਟ ਦਾ। SHO ਦਾ ਮੁੰਡਾ ਕਹਿ ਰਹੇ ਹੋ? ਹਾਂਜੀ ਈਸ਼ੂ ਈਸ਼ਵਰ ਕਲੋਨੀ ਨਾਲ ਇਹਦੇ ਦੋਸਤ ਸੀ ਮਾਨਕ ਡੋਗਰਾ ਅਤੇ ਹੋਰ ਇਹਨਾਂ ਦਾ ਦੋਸਤ ਜਿਹੜਾ ਦਲੀਸ਼ ਕੁਮਾਰ ਸੀ। ਇਹ ਤਿੰਨੇ ਜਣੇ ਆਪਣੇ ਜਿਹੜੇ ਉੱਥੋਂ ਆਪਣੇ ਵਹੀਕਲਾਂ 'ਤੇ ਜਾ ਰਹੇ ਸੀ ਇਹ ਕੰਮ ਕਾਰ ਦੇ ਸੰਬੰਧ 'ਚ ਨਾ ਪ੍ਰੀਥਵੀ ਪਲੈਨ ਜਿਹੜਾ ਹੋਟਲ ਦੇ ਸਾਹਮਣੇ ਮੈਕਸ ਵਾਸੀ ਈਸ਼ਵਰ ਕੋਲੋਂ ਅਤੇ ਉਹਦੇ ਨਾਲ 10-12 ਹੋਰ ਅਨਨੋਨ ਆਦਮੀ ਸੀ ਜਿਹੜੇ ਮੋਟਰਸਾਈਕਲਾਂ ਦੇ ਸਵਾਰ ਸਨ, ਜਿਹਨਾਂ ਬਾ ਹੋਰ ਵੀ ਤੇਜ਼ ਧਾਰ ਮਤਲਬ ਹਥਿਆਰ ਦਾ ਇਹਦੇ ਨਾਲ ਜਿਹੜਾ ਕਾਫੀ ਇਹਨਾਂ ਦੇ ਸੱਟਾਂ ਮਾਰੀਆਂ ਜਤਨ ਕੁਮਾਰ ਦੇ ਅਤੇ ਮਾਨ ਕਟੋਰੇ ਦੇ, ਜਿਹੜਾ ਇਹਦੇ ਸੰਬੰਧੀ ਮੌਕੇ 'ਤੇ ਸਾਰੀ ਪੜਤਾਲ ਦੇ ਹਸਪਤਾਲ ਇਹਨਾਂ ਦੇ ਬਿਆਨ ਹਾਸਿਲ ਕੀਤੇ ਜਾ ਰਹੇ ਆ, ਜੋ ਵੀ ਕਾਨੂੰਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਪਤਾ ਲੱਗਾ ਇੱਕ ਈਸ਼ੂ ਨਾਂ ਦੇ ਲੜਕੇ ਦਾ ਵੀ ਕਿਹਾ ਜਾ ਰਿਹਾ, ਤਾਂ ਕਿਸੇ ਪੁਲਿਸ ਮੁਲਾਜ਼ਮ ਦਾ ਲੜਕਾ ਹੈ? ਉਹ ਪਤਾ ਕਰਦੇ ਵੈਰੀਫਾਈ ਕਰਾਂਗੇ ਸਾਰਾ, ਮੌਕੇ 'ਤੇ ਵੀ ਪੜਤਾਲ ਕਰਾਂਗੇ, ਜੋ ਇਹਨਾਂ ਦੇ ਅਨਨੋਨ ਬੰਦੇ ਉਹਨਾਂ ਬਾਰੇ ਵੈਰੀਫਾਈ ਕਰਦੇ ਹਾਂ। ਮੌਕੇ 'ਤੇ ਪਤਾ ਲੱਗਾ ਕਿ ਝਗੜਾ ਕਿਸ ਗੱਲ ਦਾ ਸੀਗਾ? ਝਗੜਾ ਇਹ ਵੀ ਮੈਕਸ ਕੁਮਾਰ ਜਿਹੜਾ ਜਤਨ ਕਾ ਇਹਨਾਂ ਕੋਈ ਪੁਰਾਣੀ ਇਹਨਾਂ ਦੀ ਆਦਤ ਵਿੱਚ ਚੱਲਦੀ ਹੈ, ਪਹਿਲਾਂ ਕੋਈ ਭਾਰੂ ਪਿੰਡ ਦੇ ਏਰੀਏ 'ਚ ਕੋਈ ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ। ਅਤੇ ਕੀ ਅੱਜ ਕੋਈ ਇਹਨਾਂ ਦੇ ਮਤਲਬ ਜਿੱਦਾਂ ਟਾਈਮ ਟੂਮ ਪਿਆ ਸੀਗਾ ਜਾਂ ਫਿਰ ਉੱਦਾਂ ਅਚਾਨਕ? ਇਹ ਤਾਂ ਦੱਸ ਰਹੇ ਸੀ ਵੀ ਆਪਣੇ ਕਾਰੋਬਾਰ ਦੇ ਸੰਬੰਧ 'ਚ ਜਾ ਰਹੇ ਹਾਂ ਜਤਨ ਕੁਮਾਰ ਅਤੇ ਇਹਦਾ ਮਾਨਕ ਡੋਗਰਾ ਜੀ। ਕੀ ਕੰਡੀਸ਼ਨ ਆ ਮੁੰਡੇ ਦੀ ਉਸ ਟਾਈਮ? ਉਹਦੇ ਕਾਫੀ ਸੱਟਾਂ ਵਾ, ਫਾਲਤੂ ਦੀ ਮਤਲਬ ਜ਼ਿਆਦਾ ਕਾਫੀ ਸੱਟਾਂ ਲੱਗੀਆਂ। ਕੀ ਕਾਰਵਾਈ ਕਰ ਰਹੇ ਹੋ?
जो भी वो तो वो कानूनी कार्रवाई की जाऊगी मेडिकल के आधार पर।